ਵਿਆਹ ਵਾਲਾ ਘਰ ਕਿਸ ਤਰ੍ਹਾਂ ਦਾ ਦਿਖਦਾ ਹੈ, ਪਰ ਤੁਸੀਂ ਵੇਖ ਸਕਦੇ ਜੇ ਭੈਣ ਦੇ ਘਰ ਨਾ ਤਾਂ ਕੁਝ ਖਾਣ ਨੂੰ ਆ ਤੇ ਨਾ ਹੀ ਕੁਝ ਲੀੜਾ ਕੱਪੜਾ ਲੈਣ ਨੂੰ ਆ। ਲੋਕਾਂ ਦੇ ਘਰਾਂ ਵਿੱਚ ਲੀੜਾਂ ਝਾੜੂ ਮਾਰ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ ਤੇ ਧੀ ਦਾ ਵਿਆਹ ਧਰਿਆ ਹੈ, ਵੀ ਉਹ ਜਿਹੜਾ ਨਸ਼ਾ ਕਰਕੇ ਘਰ ਤੋਂ ਭੱਜ ਚੁੱਕਾ ਹੈ। ਪਤੀ ਮੇਰਾ 10 ਸਾਲ 10-12 ਸਾਲ ਹੋ ਗਏ ਆ, 10-12 ਸਾਲ ਹੋ ਗਿਆ ਉਹ ਨਸ਼ੇ ਪੱਤੇ ਕਰਦਾ ਹੈ। ਬੱਚੇ ਬਿਲਕੁਲ ਛੋਟੇ ਛੋਟੇ, ਜਦੋਂ ਦੀ ਮੈਂ ਆਪਣੀ ਮਿਹਨਤ ਮਨਜ਼ੂਰੀ ਕਰਕੇ ਆਪਣੇ ਬੱਚੇ ਪਾਲੇ, ਘਰਦੇ ਇਹੋ ਜਿਹਾ ਲਾ ਦਿਆ ਕਿ ਇਸ ਟਾਈਮ 'ਤੇ ਗੁੜੀਆ ਦੇ ਸੂਟ ਬਣਾਉਣ ਵਾਸਤੇ ਵੀ ਪੈਸੇ ਨਹੀਂ ਹੈਗੇ ਵੀ ਘਰੇ ਵਿਆਹ ਕਰਿਆ ਹੈ। ਕੁਝ ਤਾਂ ਲੋਕ ਸਾਡੀ ਮਦਦ ਕਰ ਦਿੰਦੇ ਆ ਅਤੇ ਕੁਝ ਮੈਂ ਆਪਣੀ ਮਿਹਨਤ ਮਨਜ਼ੂਰੀ ਕਰਦੀ, ਲੋਕਾਂ ਦੇ ਘਰਾਂ ਦਾ ਕੰਮ ਕਰਦੀ, ਝਾੜੂ ਪੋਚੇ ਅਤੇ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਆ, ਉਹਨਾਂ ਦੇ ਸਬਜ਼ੀਆਂ ਸੁਬਜ਼ੀਆਂ ਕਿਸੇ ਵੇਲੇ ਉਹ ਦੇ ਦਿੰਦੇ ਆ ਬਣੀਆਂ ਬਣਾਈਆਂ ਸਾਨੂੰ। ਗੁਰਬਾ ਸਿੰਘ ਦੀ ਮਦਦ ਅਸੀਂ ਬਥੇਰੇ ਕਰਦੇ ਰਹੇ ਹਾਂ ਬਹੁਤ ਜ਼ਿਆਦਾ। ਹੁਣ ਸਰੀਰ ਬਜ਼ੁਰਗ ਹੋ ਗਿਆ ਵਾ ਅਤੇ ਹੁਣ ਮੇਰੀ ਕੋਈ ਵਾਹ ਨਹੀਂ, ਮੈਂ ਤੇ ਇਹ ਭੈਣ ਭਰਾਵਾਂ ਨੂੰ ਆਉਂਦਾ ਵਾਂ। ਮੈਂ ਅਤੇ ਮੇਰੀ ਮੰਮੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੇ ਹਾਂ, ਝਾੜੂ ਪੋਚਾ ਕਰਦੇ ਹਾਂ ਅਤੇ ਫਿਰ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਵਿੱਚ ਪਹੁੰਚੇ ਹਾਂ ਅਤੇ ਅੱਜ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਹਾਂ। ਤੁਸੀਂ ਸਕਰੀਨ 'ਤੇ ਤਸਵੀਰਾਂ ਵੇਖ ਰਹੇ ਹੋ, ਨਾ ਤਾਂ ਇਸ ਘਰ ਵਿੱਚ ਪਾਣੀ ਦਾ ਇੰਤਜ਼ਾਮ ਆ ਅਤੇ ਉੱਤੋਂ 4 ਫਰਵਰੀ ਨੂੰ ਧੀ ਦਾ ਵਿਆਹ ਧਰਿਆ ਹੈ ਅਤੇ ਪਿਓ ਜਿਹੜਾ ਨਸ਼ਾ ਕਰਨ ਦੇ ਕਰਕੇ 10-12 ਸਾਲ ਪਹਿਲਾਂ ਘਰ ਤੋਂ ਭੱਜ ਚੁੱਕਾ ਹੈ। ਤਾਂ ਦੋ ਇਸ ਭੈਣ ਦੀਆਂ ਬੇਟੀਆਂ ਨੇ ਅਤੇ ਇੱਕ ਬੇਟਾ ਹੈ, ਬੇਟੇ ਦੇ ਵੀ ਨਿੱਕੇ ਹੁੰਦੇ ਤੇ ਚਾਹ ਪਈ ਆ, ਲੱਕ ਵੀ ਸੜਿਆ ਹੈ, ਨਾ ਤਾਂ ਉਹ ਕੰਮ ਕਰ ਸਕਦਾ ਹੈ ਅਤੇ ਨਾ ਹੀ ਉਹ ਕੁਝ ਕਰ ਸਕਦਾ ਗਰਮੀਆਂ ਦੇ ਵਿੱਚ, ਉਹ ਹੋਰ ਜਿਹੜਾ ਉਹਦਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਹੈ। ਤਾਂ ਭੈਣ ਨੇ ਵਿਆਹ ਧਰਿਆ ਅਤੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਵਿਆਹ ਵਾਲਾ ਘਰ ਕਿਸ ਤਰ੍ਹਾਂ ਦਾ ਦਿਖਦਾ ਹੈ, ਪਰ ਤੁਸੀਂ ਵੇਖ ਸਕਦੇ ਜੇ ਭੈਣ ਦੇ ਘਰ ਨਾ ਤਾਂ ਕੁਝ ਖਾਣ ਨੂੰ ਆ ਅਤੇ ਨਾ ਹੀ ਕੁਝ ਲੀੜਾ ਕੱਪੜਾ ਲੈਣ ਨੂੰ ਆ। ਲੋਕਾਂ ਦੇ ਘਰਾਂ ਵਿੱਚ ਲੀੜਾਂ ਝਾੜੂ ਮਾਰ ਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ ਅਤੇ ਧੀ ਦਾ ਵਿਆਹ ਧਰਿਆ ਹੈ। ਵੀਰਾਂ ਦੇ ਸਹਿਯੋਗ ਦੀ ਲੋੜ ਆ, ਅਪੀਲ ਵੀ ਕਰਨੀ ਆ, ਪਰਿਵਾਰ ਨਾਲ ਗੱਲਬਾਤ ਵੀ ਕਰਦੇ ਹਾਂ ਤਾਂ ਉਹਨਾਂ ਦੀ ਮਦਦ ਵੀ ਜਿਹੜੀ ਆ ਤੁਸੀਂ ਜ਼ਰੂਰ ਕਰਨੀ ਆ। ਭੈਣ ਜੀ ਕੀ ਨਾਮ ਆ ਤੁਹਾਡਾ ਅਤੇ ਕਿਹੜਾ ਪਿੰਡ ਹੈ? ਸੰਦੀਪ ਕੌਰ ਮੇਰਾ ਨਾਮ ਹੈ। ਕਿਹੜਾ ਪਿੰਡ ਹੈ? ਸੋਲ ਪਿੰਡ। ਤਾਂ ਘਰ ਦੇ ਹਾਲਾਤ ਕਿਵੇਂ ਦੇ ਨੇ ਤੇ ਕੀ ਕਿਉਂ ਘਰ ਦੇ ਹਾਲਾਤ ਇਦਾਂ ਹੈ? ਤੁਹਾਡਾ ਪਤੀ ਕਿੱਥੇ ਗਿਆ? ਪਤੀ ਮੇਰਾ 10-12 ਸਾਲ ਹੋ ਗਏ ਆ, 10-12 ਸਾਲ ਹੋ ਗਿਆ ਉਹ ਨਸ਼ੇ ਪੱਤੇ ਕਰਦਾ ਹੈ। ਬੱਚੇ ਬਿਲਕੁਲ ਛੋਟੇ ਛੋਟੇ, ਜਦੋਂ ਦੀ ਮੈਂ ਆਪਣੀ ਮਿਹਨਤ ਮਨਜ਼ੂਰੀ ਕਰਕੇ ਆਪਣੇ ਬੱਚੇ ਪਾਲੇ ਆ। ਤਾਂ ਹੁਣ ਜਿਹੜਾ ਬੇਟੀ ਦਾ ਵਿਆਹ ਕਦੋਂ ਧਰਿਆ ਇਹਦੇ ਘਰ ਦੇ ਵਿੱਚ ਕੀ ਹੈਗਾ ਜਿਹੜਾ ਹੁਣ ਵਿਆਹ ਦੀ ਤਿਆਰੀ ਕਰ ਰਹੇ ਹੋ? ਘਰਦੇ ਇਹੋ ਜਿਹਾ ਲਾ ਦਿਆ ਕਿ ਇਸ ਟਾਈਮ 'ਤੇ ਗੁੜੀਆ ਦੇ ਸੂਟ ਬਣਾਉਣ ਵਾਸਤੇ ਵੀ ਪੈਸੇ ਨਹੀਂ ਹੈਗੇ ਵੀ ਘਰੇ ਵਿਆਹ ਧਰਿਆ ਹੈ। ਮੈਂ ਇਹੋ ਚਾਹੁੰਦੀ ਕਿ ਰਲ ਮਿਲ ਕੇ ਇਸ ਬੇਟੀ ਨੂੰ ਆਪਾਂ ਵਿਦਾ ਕਰੀਏ, ਭੈਣ ਭਰਾਵਾਂ ਦੇ ਗਾੜੀ ਇਹੋ ਹੀ ਹੱਥ ਜੋੜਦੀ ਹਾਂ। ਕਿੰਨੇ ਬੱਚੇ ਆ ਅਤੇ ਬੇਟੇ ਨੂੰ ਕੀ ਹੋਇਆ ਹੈ? 3 ਬੱਚੇ ਆ, 2 ਗੁੱਡੀਆਂ, 1 ਕਾਕਾ ਹੈ। ਕਾਕਾ ਸੜਿਆ ਆ, ਏ ਲੱਕ ਸੜਿਆ ਏ, ਬਾਂਹ ਵੀ ਸੜੀ ਉਹਦੀ, ਉਹ ਤੋਂ ਕੰਮ ਨਹੀਂ ਹੁੰਦਾ, ਗਰਮੀ ਦੇ ਵਿੱਚ ਉਹਦੇ ਰੇਸ਼ਾ ਪੈ ਜਾਂਦਾ ਲੱਕ 'ਚ ਬਾਂਹ 'ਚ। ਅਤੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚਲਾਉਂਦੇ ਜੇ? ਕਿਸੋਂ ਫਿਰ ਰੋਟੀ ਪਾਣੀ ਪੱਕ ਜਾਂਦਾ ਰੋਜ਼? ਕੁਝ ਤਾਂ ਲੋਕ ਸਾਡੀ ਮਦਦ ਕਰ ਦਿੰਦੇ ਆ ਅਤੇ ਕੁਝ ਮੈਂ ਆਪਣੀ ਮਿਹਨਤ ਮਨਜ਼ੂਰੀ ਕਰਦੀ, ਲੋਕਾਂ ਦੇ ਘਰਾਂ ਦਾ ਕੰਮ ਕਰਦੀ, ਝਾੜੂ ਪੋਚੇ ਅਤੇ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਆ, ਉਹਨਾਂ ਦੇ ਸਬਜ਼ੀਆਂ ਸੁਬਜ਼ੀਆਂ ਕਿਸੇ ਵੇਲੇ ਉਹ ਦੇ ਦਿੰਦੇ ਆ ਬਣੀਆਂ ਬਣਾਈਆਂ ਸਾਨੂੰ। ਤਾਂ
ਭੈਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਗਰੀਬੀ ਆਉਂਦੀ ਆ ਤਾਂ ਫਿਰ ਮਨ ਦੇ ਵਿੱਚ ਰੋਣ ਨਹੀਂ ਆਉਂਦਾ ਬੱਚੇ ਜਦੋਂ ਕੋਈ ਚੀਜ਼ ਮੰਗਦੇ ਆ? ਮਨ ਦੇ ਵਿੱਚ ਮਨ ਨੂੰ ਉਦਾਸ ਬੜੀ ਹੁੰਦੀ ਹੈ। ਮਨ ਸਵੇਰੇ ਸਵੇਰ ਤੇ ਕਿਸੇ ਵੇਲੇ ਮੇਰਾ ਬਹੁਤ ਰੋਣ ਨਿਕਲਦਾ ਕਿ ਇਹੋ ਜਿਹੇ ਹਾਲਾਤ ਕਿਸੇ ਦੇ ਵੀ ਨਾ ਹੋਣ। ਤਾਂ ਇਹ ਜਿਹੜੇ ਕਮਰੇ ਕੁਮਰੇ ਪਏ ਆ, ਕੋਈ ਤੁਹਾਡੇ ਪੇਕਾ ਪਰਿਵਾਰ, ਕੋਈ ਪਿੰਡ ਦੀ ਪੰਚਾਇਤ, ਕੋਈ ਰਿਸ਼ਤੇਦਾਰ ਆਇਆ ਅੱਗੇ ਕੋਈ? ਇਹ ਜਿਹੜੇ ਮੇਰੇ ਕਮਰੇ ਆ ਨਾ, ਇਹ ਮਿੱਟੀ ਦੇ ਹੀ ਬਣੇ ਹੋਏ ਸੀ। ਇਹ ਕੰਧਾਂ ਥਾਣੀ ਪਾਣੀ ਜਾਂਦਾ ਸੀ ਅਤੇ ਮੇਰੇ ਪਿਤਾ ਜਿਹੜੇ ਉਹਨਾਂ ਨੇ ਫਿਰ ਇਹ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਅਤੇ ਉਹਨਾਂ ਨੇ ਆਪਣੇ ਕੋਲੋਂ ਸੀਮਿੰਟ ਦੀਆਂ ਬੋਰੀਆਂ ਲਿਆ ਕੇ ਪਲਸਤਰ ਕਰਕੇ ਦਿੱਤੇ ਕਿ ਕਿਤੇ ਕੰਧਾਂ ਡਿੱਗ ਨਾ ਜਾਣ। ਵੀ ਉਹਨਾਂ ਨੂੰ ਵੀ ਰਾਤ ਦਿਨ ਮੇਰੀ ਟੈਨਸ਼ਨ ਬੜੀ ਰਹਿੰਦੀ ਸੀ। ਤਾਂ ਇਹ ਉੱਤੋਂ ਅਜੇ ਵੀ ਛੱਤਾਂ ਕੱਚੀਆਂ ਹੈ, ਮੀਂਹ ਕਣੀ ਦੇ ਵਿੱਚ ਚੁੰਦੀਆਂ ਨੀਗੀਆਂ? ਫਿਰ ਛੱਤਾਂ ਕੱਚੀਆਂ ਹੈ, ਮੀਂਹ ਕਣੀ ਦੇ ਵਿੱਚ ਚੋਣ ਲੱਗ ਪੈਂਦੇ ਆ ਕਮਰੇ। ਤਾਂ ਹੁਣ ਬੇਟੀ ਦਾ ਵਿਆਹ ਧਰਿਆ, ਕੀ ਮਦਦ ਸਹਾਇਤਾ ਚਾਹੀਦੀ ਆ? ਜਿਹੜੀ ਇਸ ਬੇਟੀ ਦਾ ਵਿਆਹ ਧਰਿਆ ਹੈ ਨਾ, ਮੈਂ ਤੇ ਭੈਣ ਭਰਾਵਾਂ ਗਾੜੀ ਇਹੋ ਹੱਥ ਜੋੜਦੀ ਆ ਕਿ ਇਸ ਬੇਟੀ ਦੀ ਮਦਦ ਕਰਨ ਤੇ ਆਪਾਂ ਇਸ ਬੇਟੀ ਨੂੰ ਰਲ ਮਿਲ ਕੇ ਸਾਰੇ ਹੀ ਭੈਣ ਭਰਾਵਾਂ ਦੇ ਗਾੜੀ ਇਹੋ ਹੱਥ ਜੋੜਦੀ ਆ ਕਿ ਵਿਦਾ ਕਰੀਏ, ਕਿ ਇਹਦਾ ਰਲ ਮਿਲ ਕੇ ਵਿਆਹ ਕਰ ਦਈਏ। ਤਾਂ ਸਾਡੇ ਨਾਲ ਇਹਨਾਂ ਦੇ ਪਿਤਾ ਜੀ ਵੀ ਮੌਜੂਦ, ਇਹਨਾਂ ਨਾਲ ਵੀ ਗੱਲਬਾਤ ਕਰਦੇ। ਭਾਅ ਜੀ ਤੁਹਾਡਾ ਨਾਂ ਕੀ ਆ ਤੇ ਪਿੰਡ ਕਿਹੜਾ ਤੁਹਾਡਾ? ਮੇਰਾ ਨਾਂ ਬਲਦੇਵ ਸਿੰਘ ਹੈ ਜੀ ਤੇ ਪਿੰਡ ਮੰਨਣ ਆ। ਤਾਂ ਇਸ ਬੇਟੀ ਦਾ ਵਿਆਹ ਧਰਿਆ ਤੁਹਾਡੀ ਦੋਹਤੀ ਆ, ਤਾਂ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ? ਜਵਾਈ ਤੁਹਾਡਾ ਕਿੱਧਰ ਗਿਆ? ਉਹਨਾਂ ਨੂੰ ਜੀ ਕੁਛ 15-20 ਸਾਲ ਉਹ ਚੱਲੇ ਆ, ਉਹ ਕੋਈ ਨਸ਼ੇ ਦੇ ਆਦੀ ਹੋ ਗਏ ਸੀ ਅਤੇ ਫਿਰ ਉਹ ਕਾਰੋਬਾਰ ਨਹੀਂ ਕਰਦੇ ਕੋਈ ਵੀ, ਅਤੇ ਫਿਰ ਪੁਲਿਸ ਫੜ ਕੇ ਲੈ ਜਾਂਦੀ ਉਹਨਾਂ ਨੂੰ ਅਤੇ ਜੇਲ੍ਹ ਦੇ ਵਿੱਚ ਜੋ ਇਸ ਟਾਈਮ ਵੀ ਜੇਲ੍ਹ ਦੇ ਵਿੱਚ ਆ। ਹਾਂਜੀ, ਹੋਰ ਬਸ ਇਹਦੀ ਮਦਦ ਅਸੀਂ ਬਥੇਰੇ ਕਰਦੇ ਰਹੇ ਹਾਂ ਬਹੁਤ ਜ਼ਿਆਦਾ। ਹੁਣ ਸਰੀਰ ਬਜ਼ੁਰਗ ਹੋ ਗਿਆ ਵਾ ਅਤੇ ਹੁਣ ਮੇਰੀ ਕੋਈ ਵਾਹ ਨਹੀਂ, ਮੈਂ ਤਾਂ ਇਹ ਭੈਣ ਭਰਾਵਾਂ ਨੂੰ ਆਉਂਦਾ ਵਾਂ ਵੀ ਕਿਰਪਾ ਕਰਕੇ ਥੋੜ੍ਹੀ ਜਿਹੀ ਬੇਟੀ ਦੀ ਮਦਦ ਕੀਤੀ ਜਾਵੇ। ਨਾ ਤਾਂ ਪੜ੍ਹੀ ਸਕੀ ਆ ਅਤੇ ਨਾ ਵਿਚਾਰੀ ਕੁਛ ਵੀ, ਇਹਦੇ ਕਾਰੋਬਾਰ ਨਹੀਂ ਜੋਗੀ ਕਰਨ ਜੋਗੀ, ਅਤੇ ਇਹਨੂੰ ਆਪਣੇ ਘਰ ਵਿਦਿਆ ਕਰਕੇ ਪਹੁੰਚਾ ਦਈਏ। ਇੰਨੀ ਮੇਰੀ ਬੇਨਤੀ ਆ ਜੇ ਸਾਰੇ ਵੀਰ ਭਰਾ ਜਿੱਥੋਂ ਇੱਥੋਂ ਤੱਕ ਕਿ ਪਰਵਾਨ ਵੱਜ ਜਾਂਦੀ ਹੋਵੇ ਅਤੇ ਸਹਾਇਤਾ ਕਰਨ, ਅਤੇ ਬਹੁਤ ਬਹੁਤ ਧੰਨਵਾਦ ਹੋਊਗਾ ਉਹਨਾਂ ਨੂੰ, ਰੱਬ ਬਹੁਤ ਜ਼ਿਆਦਾ ਦਊਗਾ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਇੱਕ ਜੀ 'ਤੇ ਦਇਆ ਕਰ ਦੇਣ, ਬਹੁਤ ਬਹੁਤ ਕੋਟ ਕੋਟ ਸ਼ੁਕਰਾਨਾ ਹੋਊਗਾ ਜੀ। ਤਾਂ ਸਾਡੇ ਨਾਲ ਵਿਆਹ ਵਾਲੀ ਬੇਟੀ ਵੀ ਮੌਜੂਦ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਬੇਟਾ ਕੀ ਨਾਮ ਆ ਤੇਰਾ? ਮੇਰਾ ਨਾਮ ਕਿਰਨਦੀਪ ਕੌਰ ਹੈ। ਕਿੰਨੀ ਉਮਰ ਹੈ ਪੁੱਤ? 20 ਸਾਲ ਉਮਰ। ਤਾਂ ਘਰ ਦੇ ਹਾਲਾਤ ਕਿਵੇਂ ਨੇ, ਕੌਣ ਕਮਾ ਕੇ ਲਿਆਉਂਦਾ, ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਘਰ ਦਾ? ਮੈਂ ਤੇ ਮੇਰੀ ਮੰਮੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਭਾਂਡੇ ਮਾਂਜਦੇ ਆ, ਝਾੜੂ ਪੋਚਾ ਕਰਦੇ ਆ ਤੇ ਫਿਰ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ। ਪੁੱਤ ਵਿਆਹ ਕਦੋਂ ਆ ਹੁਣ ਤੇਰਾ, ਕਿੰਨੀ ਤਰੀਕ ਨੂੰ ਵਿਆਹ? ਮੇਰਾ ਵਿਆਹ 4 ਫਰਵਰੀ ਨੂੰ। ਤੇ ਘਰ ਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ? ਕੋਈ ਲੀੜਾ ਕੱਪੜਾ ਲਿਆਉਣ ਨੂੰ, ਕੋਈ ਪੈਸੇ, ਕੋਈ ਸੌਦਾ ਪਤਾ ਲਿਆਉਣ ਨੂੰ ਪੈਸੇ ਕੋਈ ਹੈਗਾ ਕੁਝ? ਘਰ ਦੇ ਵਿੱਚ ਸਾਡੇ ਫਿਲਹਾਲ ਤੇ ਕੁਝ ਵੀ ਨਹੀਂ ਆ, ਮੇਰੇ ਕੱਪੜੇ ਬਣਾਉਣ ਜੋਗੇ ਪੈਸੇ ਵੀ ਨਹੀਂ ਆ। ਹਾਂ, ਮੋਬਾਈਲ ਨੰਬਰ ਹੈਗਾ ਹੈ ਕੋਈ? ਵੀਰਾਂ ਨੂੰ ਕੀ ਅਪੀਲ ਕਰਦੀ ਆ ਕਿ ਕੀ ਮਦਦ ਸਹਾਇਤਾ ਕਰਨ ਤੇਰੇ ਵਿਆਹ ਵਾਸਤੇ? ਵੀਰਾਂ ਨੂੰ ਇਹੋ ਬੇਨਤੀ ਕਰਦੀ ਆ ਕਿ ਉਹ ਮੇਰੀ ਵੱਧ ਤੋਂ ਵੱਧ ਸਹਾਇਤਾ ਕਰਨ। ਕੋਈ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਯਾਦ ਆ ਕੋਈ? 90417-7793 90417-7793 ਤਾਂ ਬੇਟੀ ਨੇ ਨੰਬਰ ਬੋਲਿਆ ਹੈ, ਅਤੇ ਮੈਂ ਆਪਣੇ ਵੀਰਾਂ ਨੂੰ ਅਪੀਲ ਕਰੂੰਗਾ ਕਿ
ਝਬਾਲ ਦੇ ਨਜ਼ਦੀਕ 7 ਕਿਲੋਮੀਟਰ ਪਿੰਡ ਸੋਹਲ, ਠੱਠੀ ਸੋਹਲ ਦੇ ਨਾਂ 'ਤੇ ਮਸ਼ਹੂਰ ਆ, ਸੋਹਲ ਪਿੰਡ ਆ। ਮੰਦਰ ਦੇ ਨਜ਼ਦੀਕ ਬਿਲਕੁਲ ਮਾਤਾ ਦਾ ਮੰਦਰ ਆ, ਗੰਡੀ ਪਿੰਡ ਨੂੰ ਜਾਂਦੀ ਸਰਾਂ ਨੂੰ ਇਹ ਸੜਕ ਦੇ ਰੋਡ ਦੇ ਉੱਤੇ ਮੰਦਰ ਆ, ਅਤੇ ਮੰਦਰ ਦੀ ਬੈਕ ਸਾਈਡ 'ਤੇ ਇਹਨਾਂ ਦਾ ਘਰ ਆ। ਮੈਂ ਵੀਰਾਂ ਨੂੰ ਕਹੂੰਗਾ ਕਿ ਜੋ ਵੀ ਲੀੜਾ ਕੱਪੜਾ ਸੌਦਾ ਪਤਾ ਲੈ ਕੇ ਅਤੇ ਲਾ ਦਿਓ ਲੈਣਾ ਇਸ ਘਰ ਨੂੰ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਦਾਨੀ ਵੀਰ ਵੀ ਅਜੇ ਹੈਗੇ ਆ। ਵੱਧ ਤੋਂ ਵੱਧ ਅਪੀਲ ਇਹੋ ਕਰਦਾ ਹੈ ਵੀਰਾਂ ਨੂੰ ਕਿ ਸ਼ੇਅਰ ਕਰ ਦਿਓ, ਤਾਂ ਜੋ ਕਿਸੇ ਐਸੇ ਦਾਨੀ ਵੀਰ ਕੋਲ ਵੀਡੀਓ ਪਹੁੰਚੇ ਜਿਹੜਾ ਇਸ ਭੈਣ ਦਾ ਦਰਦ ਵੰਡਾਵੇ ਅਤੇ ਇਹਦੇ ਸਿਰ ਤੋਂ ਭਾਰ ਲਾਉਣ 'ਚ ਇਹਦੀ ਮਦਦ ਕਰੇ। ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼, ਮੈਂ ਹਾਂ ਜਸਬੀਰ ਸਿੰਘ ਛੀਨਾ, ਤਰਨ ਤਾਰਨ।